ਤਾਂ ਕਰਕੇ ਭੱਜਿਆ ਜਾਂਦਾ, ਹੋਰ ਕੋਈ ਚੱਕਰ ਨਹੀਂ। ਹਾਂਜੀ ਦੋਸਤੋ, ਕੀ ਹਾਲ ਚਾਲ? ਅਤੇ ਉਮੀਦ ਕਰਦੇ ਸਾਰੇ ਜਣੇ ਤੁਸੀਂ ਘੈਂਟ ਹੋਵੋਗੇ। ਅਤੇ ਭਾਈ ਮੈਂ ਤੁਹਾਡਾ ਆਪਣਾ ਤਾਲੀਵਾਲ, ਅਤੇ ਤੁਸੀਂ ਦੇਖ ਰਹੇ ਹੋ ਤਾਲੀਵਾਲ ਗੇਮਿੰਗ। ਅਤੇ ਭਾਈ ਆਪਾਂ ਲੈ ਕੇ ਆ ਗਏ ਅੱਜ ਤੀਜਾ ਪਾਰਟ, ਅਤੇ ਜੋ ਵੀਡੀਓ ਚੱਲ ਰਹੀ ਸੀ ਨਾ, ਤੁਸੀਂ ਸਾਰਿਆਂ ਨੇ ਬਹੁਤ ਪਿਆਰ ਦਿੱਤਾ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਅਤੇ ਅਸੀਂ ਜਿੰਨੀ ਕੁ ਆਪਦੇ ਵੱਲੋਂ ਚੀਜ਼ ਕਰ ਸਕਦੇ ਸੀ ਕਰ ਰਹੇ ਹਾਂ, ਹੈ ਨਾ। ਅਤੇ ਅੱਜ ਆਪਣੇ ਨਾਲ ਅੰਮ੍ਰਿਤ, ਰਮਾਨ ਪੱਟੀ, ਗੁਰਸ਼ਰਨ ਅਤੇ ਗੌਰਵ, ਅਤੇ ਇਹ ਬੰਦੇ ਅੱਜ ਆਪਣੇ ਨਾਲ ਨੇ। ਅਤੇ ਤੁਹਾਨੂੰ ਮੈਂ ਲੈ ਕੇ ਚੱਲਦਾ ਬਈ ਗੇਮ ਦੇ ਵਿੱਚ, ਅਤੇ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਚੀਜ਼ਾਂ ਜੋ ਅਸੀਂ ਅੱਜ ਕਰਨ ਜਾ ਰਹੇ ਹਾਂ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਆਪਣਾ ਫਾਰਮ ਟਰੈਕਰ ਆ, ਅਤੇ ਮੈਂ ਤੁਹਾਨੂੰ ਮਿਲਾਉਣਾ ਬਾਈ ਆਪਣੇ ਨਾਲ ਦੇ ਬੰਦੇ ਨਾਲ। ਕਹਿੰਦੇ ਕਿੱਥੇ ਹੈ ਭਾਈ ਸਾਹਿਬ? ਉਹ ਹਵਾ ਹਵਾ ਚੈੱਕ ਕਰੀ ਨਾ ਟਾਇਰਾਂ 'ਚ, ਯਾਦ ਉਹੀ ਮੈਂ ਦੇਖਣ ਡਿਆ, ਮੈਂ ਬੜਾ ਦੂਰ ਦਾ ਕਰਾਂ, ਵੇਖ ਲਈਏ ਮਾਰ ਕੇ। ਹਾਂ ਬਿਲਕੁਲ ਬਿਲਕੁਲ, ਦੇਖਣਾ ਬਣਦਾ ਬਾਈ। ਅਤੇ ਫੋਨ ਲਾ ਕੀਤਾ ਸੀ ਉਹਨਾਂ ਨੂੰ? ਫੋਨ ਨਹੀਂ ਕੀਤਾ, ਫੋਨ ਕਰ ਯਾਰ ਉਹਨਾਂ ਨੂੰ ਕਿ ਚੱਲ ਮੈਂ ਕਰਦਾ ਇੱਕ ਮਿੰਟ। ਹੈਲੋ। ਹੈਲੋ ਹੈਲੋ, ਕਿਵੇਂ ਹੋ? ਆ ਵਧੀਆ ਵਧੀਆ, ਤੂੰ ਸੁਣਾ ਕਿਵੇਂ? ਵਧੀਆ ਵਧੀਆ ਵਧੀਆ। ਕਿੱਥੇ ਰਹਿ ਗਏ ਯਾਰ? ਪਹੁੰਚੇ ਤੁਸੀਂ? ਟਾਈਮ ਬਹੁਤ ਹੋ ਗਿਆ, ਤੇ ਫਿਰ ਆਪਾਂ ਲੇਟ ਹੋ ਜਾਾਂਗੇ ਨਾ, ਹਨੇਰੇ ਦੀ ਵਾਟ ਆ। ਆਉਂਦੇ ਆਉਂਦੇ ਬਸ ਵਾਟ ਮੁੰਡੇ ਇਕੱਠੇ ਕਰ ਲਈਏ, ਵਿੱਚ ਟੱਕਰਾਂ ਕਾਹਨੂੰ ਮਾਰਨੀਆਂ। ਠੀਕ ਬਸ ਆ ਕੇ ਬੰਦੇ ਇਕੱਠੇ ਕਰ ਲਈਏ, ਅਸੀਂ ਤਿਆਰ ਕਰੀ ਖੜੇ ਆ ਸਾਰਾ ਕੁਝ। ਆ ਜਾਓ ਛੇਤੀ ਛੇਤੀ। ਹਾਂ ਆ ਗਿਆ। ਤੇ ਆ ਬਾਈ ਫਾਰਮ 60 4x4 ਅਸੀਂ ਇੱਕ ਤਿਆਰ ਕੀਤਾ ਵੀ ਉੱਥੇ ਲੋਡ ਪੈ ਸਕਦੀ ਆ, ਤੇ ਨਾਲ ਬਾਈ ਜੀਪ, ਠੀਕ ਹੈ। ਇਹ ਕਈ ਬੰਦਿਆਂ ਦੀ ਸਪੈਸ਼ਲ ਡਿਮਾਂਡ ਦੇ ਹੀ ਲੈ ਕੇ ਆਏ ਹਾਂ, ਉਹ ਕਹਿੰਦੇ ਸੀ ਬਾਈ ਜੀਪ ਦੇ। ਅਤੇ ਆ ਮੂਹਰੇ ਬਾਈ ਪਿਤਾ ਦਸ਼ਮੇਸ਼ 'ਚ ਉਹਨਾਂ ਦੇ ਚਾਰ ਸਾਹਿਬਜ਼ਾਦਿਆਂ ਦੀ ਆਪਾਂ ਫੋਟੋ ਲਾਈ, ਹੈ ਨਾ। ਅਤੇ ਆਪਦੇ ਵੱਲੋਂ ਬਾਈ ਅਸੀਂ ਜਿੰਨਾ ਕਰ ਸਕਦੇ ਹਾਂ ਯਾਰ, ਅਸੀਂ ਵੀ ਛੋਟੀ ਜਿਹੀ ਕੋਸ਼ਿਸ਼ ਕਰਦੇ ਵੀ ਹਾਂ ਲੋਕਾਂ ਤੱਕ ਚੀਜ਼ਾਂ ਪਹੁੰਚਣ, ਹੈ ਨਾ। ਅਤੇ ਬਸ ਉਹੀ ਕੀਤੀ ਆ, ਪਤਾ ਲੱਗੇ ਵੀ ਹਾਂ। ਚਲੋ ਤੇਲ ਤੂਲ ਚੈੱਕ ਕਰ ਲੈ ਟਰੈਕਟਰ ਦੇ ਵਿੱਚ ਸਾਰਾ ਕੁਛ। ਹਾਂ ਹਾਂ ਦੇਖ ਲਾ। ਤੇ ਬਸ ਧਿਆਨ ਨਾਲ ਇੱਕ ਹੁੱਲਣਵਾਜੀ ਨਹੀਂ ਕਰਨੀ, ਠੀਕ ਹੈ। ਟਰੈਕਟਰ ਦਬਲਣਾ ਨਹੀਂ ਆ ਜ਼ਿਆਦੇ, ਬਾਕੀ ਤਾਂ ਮੈਂ ਗੱਡੀ ਆਪ ਹੀ ਮੂਹਰੇ ਰੱਖੂ, ਅਤੇ ਆਪਾਂ ਹੌਲੀ ਹੌਲੀ ਪਿਆਰ ਪਿਆਰ ਨਾਲ ਜਾਣਾ ਸਾਰੇ ਕਿਤੇ, ਠੀਕ ਹੈ ਨਾ। ਧੱਕਾ ਨਹੀਂ ਕਰਨਾ ਕਿਸੇ ਚੀਜ਼ ਨਾਲ। ਅਤੇ ਬਾਈ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੱਤੀ, ਉਹਨੇ ਨਾ ਗੱਲਾਂ ਪਤਾ ਚੱਲੀ ਜਾਂਦੀਆਂ ਨੇ ਵੀ ਆਪਾਂ ਬਾਈ ਇੱਕ ਤਾਂ ਗੁਰੂ ਘਰ 'ਚ ਬਣਾ ਸਕਦੇ, ਬਟ ਆਪਾਂ ਨਹੀਂ ਬਣਾਇਆ। ਇਹਦਾ ਰੀਜ਼ਨ ਇੱਕ ਤਾਂ ਮੇਨ ਇਹ ਕਿ ਇਹਦੇ ਵਿੱਚ ਨਾ ਕੀ ਹੁੰਦਾ ਆਪਣਾ ਕੀ ਕਹਿੰਦੇ ਹੁੰਦੇ ਉਹਨੂੰ, ਕਿਵੇਂ ਦੱਸਾਂ ਯਾਰ। ਹਾਂ ਇਹਦੇ ਵਿੱਚ ਬੂਟ ਨਹੀਂ ਲੈਂਦੇ ਬੰਦੇ ਦੇ, ਹੈ ਨਾ। ਅਤੇ ਤਾਂ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਉਹ ਕੋਈ ਇੱਦਾਂ ਦੀ ਕੋਈ ਆਪਣਾ ਗਲਤ ਚੀਜ਼ ਹੋਵੇ, ਹੈ ਨਾ। ਅਤੇ ਲਾ ਸਕਦੇ ਸਾਰਾ ਕੁਛ ਕਰ ਸਕਦੇ ਹਾਂ, ਬਟ ਕੀਤਾ ਨਹੀਂ ਉਹਨਾਂ ਕਰ ਸਕਦੇ ਜਿੰਨਾ ਆਪਾਂ ਮਰਿਆਦਾ ਦੇ ਵਿੱਚ ਰਹਿ ਕੇ ਕਰ ਲਈਏ, ਹੈ ਨਾ। ਬਾਹਲਾ ਕੁਛ ਕਰਨ ਦੀ ਵੀ ਕੀ ਹੋਲ ਹੁੰਦੀ, ਉਹ ਗਲਤ ਥੋੜ੍ਹਾ ਜਿਹਾ ਗਲਤ ਹੋ ਜਾਂਦਾ ਇਸ ਲਈ। ਤੁਹਾਨੂੰ ਵੀ ਸਾਡੀ ਇਹ ਚੀਜ਼ ਵਧੀਆ ਲੱਗੀ ਤਾਂ ਭਾਈ ਕਮੈਂਟਾਂ ਦੇ ਵਿੱਚ ਕਰੋ। ਅਤੇ ਉਹ ਦੇਖੋ ਬਾਈ ਮੁੰਡੇ ਆਉਂਦੇ ਆ, ਟਰਾਲੀਆਂ ਸ਼ਿੰਗਾਰੀਆਂ, ਓਏ ਹੋਏ 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 ਹੋਏ। ਅਤੇ ਟਰੈਕਟਰ ਦਿਖਾਉਂਦੇ ਆ ਬਾਈ ਮੁੰਡਿਆਂ ਨੇ, ਕਹਿੰਦੇ ਵੀ ਬਸ ਸਿਰੇ ਹੀ ਲਾਤਾ, ਸਿਰੇ ਹੀ ਲਾਤਾ ਬਸ। ਦੂਜੇ ਮੁੰਡੇ ਨੇ ਵੀ ਸਿਰੇ ਹੀ ਲਾਤਾ। ਚਲੋ ਮੈਂ ਜਾ ਕੇ ਆਉਣਾ, ਮੈਂ ਵੀ ਦੇਖ ਕੇ ਆਵਾਂ ਕੀ ਸਿਰਾ ਲਾਤਾ ਮੁੰਡਿਆਂ ਨੇ। ਮੰਨਣਾ ਭਾਈ ਟਾਇਰ ਚੈੱਕ ਕਰ ਯਾਰ ਤੂੰ,
ਬਾਤ ਆ, ਮੈਨੂੰ ਐਂ ਲੱਗਦਾ ਵੀ ਟ੍ਰੇਨ ਆਉਣ ਵਾਲੀ ਹੈ ਤੇ ਕੰਮ ਕਰਨਗੇ। ਤੁਹਾਨੂੰ ਲਿਖੇ ਨਹੀਂ ਆਉਣ ਦਾ ਪਤਾ? ਟ੍ਰੇਨ ਆਉਣ ਵਾਲੀ ਹੈ? ਓ ਨਹੀਂ ਨਹੀਂ ਆਉਂਦੇ ਨਹੀਂ ਆਉਣਾ, ਗੱਡੀ ਹੈ ਖਲਾਰੀ ਆ। ਹਾਂ ਪੁਲ ਦੇ ਉੱਤੋਂ ਦੀ ਆਓ, ਉਹਨਾਂ ਨੂੰ ਦੱਸਿਆ ਸੀ। ਹਾਂ ਬੈਗ ਜਾਓ, ਬੈਗ ਇੱਥੋਂ ਰਾਹ ਦੇ ਦੱਸਦੇ ਸਾਨੂੰ ਰਾਹ। ਹੁਣ ਤੁਸੀਂ ਉਹਨੂੰ ਲੱਗੇ ਲਾ ਕੇ ਆਣਾ ਸੀਗਾ। ਓਏ ਗੌਰਵ, ਹੁਣ ਮੈਂ ਤਾਂ ਗੌਰਵ ਤੈਨੂੰ 20 ਵਾਰੀ ਕਿਹਾ ਮੈਂ ਵੀ ਤੂੰ ਪਿੱਛੇ ਰੱਖਿਆ ਕਰ ਟਰੈਕਟਰ, ਹੁਣ ਤਾਂ ਪੈ ਚੱਲੋ। ਓਏ 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 ਤੁਸੀਂ ਸੱਟ ਖਾਓਗੇ। ਓਏ 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 ਜਾਂਦਾ ਦੇਖੀ। ਓਏ ਤੂੰ ਪਲਟਾ ਨਾ ਦੇਈਂ। ਓਏ ਆ ਗਈ, ਕਿਹੜਾ ਆਂਦਾ ਸੀ ਟ੍ਰੇਨ ਨਹੀਂ ਆਉਣੀ। ਤੇ ਗੌਰਵ ਤੂੰ ਪੁਲ ਉੱਧੀ ਆ ਜਾ ਮੇਰਾ ਵੀਰ, ਤੂੰ ਨਾ ਆਈ। ਉਹ ਲੰਘ ਗਈ ਗੌਰਵ। ਸਰ ਜੀ ਮੈਂ ਮੇਰੀ ਡਰਾਈਵਿੰਗ ਵੀ ਅੱਛੀ ਹੈ। ਟਪਾ ਲਾ ਪੁੱਤ ਫਿਰ ਮੇਰਾ ਪੁੱਤ ਧਿਆਨ ਨਾਲ। ਹਾਂ ਟ੍ਰੇਨ ਨੇ ਬੜੀ ਦੂਰ ਛੱਡਣਾ, ਤੁਸੀਂ ਪੁੱਠੇ ਕੰਮਾਂ 'ਚ ਹੋਏ ਜਿਹੜੇ ਹੋਣੀ। ਆਹ ਹੁੰਦਾ ਦੇਖ, ਉਹ ਵੱਖਰੀ ਗੱਲ ਆ, ਸਪੈਂਡਲ ਨਵਾਂ ਪਾਉਣਾ ਪਊ। ਓਏ 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 ਹਾਏ ਓਏ, ਤੁਸੀਂ ਹੁਣੀ ਇੱਥੇ ਆ ਚੀਜ਼ਾਂ ਕਰਨ ਲੱਗ ਗਏ, ਗਲਤ ਆ ਯਾਰ, ਚੀਜ਼ਾਂ ਇੱਦਾਂ ਨਾ ਕਰੋ। ਇਹ ਹੁਣੇ ਇਹਨਾਂ ਦਾ ਇਹ ਹਾਲ ਹੈ ਬਾਅਦ ਕੀ ਹੋਊਗਾ। ਤੇ ਉਹ ਦੂਜਾ ਕਿੱਥੇ ਹੈ ਜਿਹੜਾ ਸਭ ਤੋਂ ਸਿੱਧਰਿਆ ਫਿਰਦਾ ਯਾਰ? ਉਹ ਹੁੰਦਾ ਸੀ ਉਹ ਟਾਇਰ ਪੰਚਰ ਹੋਇਆ ਉਹ ਵਾਲਾ ਨਾ, ਇੱਥੇ ਹੀ ਹਜੇ ਕਿੱਥੇ ਚੱਲੇ ਆ। ਉਹਦਾ ਮੇਲਾ ਪੈਂਚਰ ਪੱਕੇ ਹੀ ਹੋ ਗਿਆ ਬਾਈ ਯਾਰ। ਹੈ ਉਹ ਹਣ ਪੈਂਚਰ ਪੱਕਾ ਹੀ ਲੱਗੂ ਮੈਨੂੰ ਲੱਗਦਾ। ਮੈਨੂੰ ਵੀ ਐਂ ਲੱਗ ਰਿਹਾ ਵੀ ਪੱਕਾ ਪੈਂਚਰ ਲਾ ਲਾ। ਤੇ ਬਾਈ ਵੇਟ ਕਰੀ ਜਾਂਦਾ, ਇੱਕ ਬੰਦਾ ਰਹਿ ਗਿਆ ਆਪਣਾ, ਠੀਕ ਆ ਉਹਦੀ, ਤੇ ਜਦੋਂ ਆਊਗਾ ਫਿਰ ਆਪਾਂ ਉਹਦੇ ਚੱਲਾਂਗੇ। ਬਾਕੀ ਸਾਰਾ ਕੁਝ ਬਾਈ ਅਸੀਂ ਰੈਡੀ ਕਰ ਲਿਆ, ਬਾਕੀ ਤੁਹਾਨੂੰ ਦਿਖਾ ਦਈਏ ਇਕੱਲੀ ਇਕੱਲੀ ਚੀਜ਼। ਕਹਿੰਦੇ ਫਾਰਮ ਟਰੈਕ 60, ਤੇ ਆਹ ਤਾਂ ਬਾਈ ਕਹਿੰਦੇ ਵੱਡੇ ਟਾਇਰ ਬਾਈ ਫਿਰਦਾ ਵੱਡੇ, ਤੇ ਆਹ ਪਿਛਲਾ ਵੀ ਬਾਈ ਘੱਟ ਨਹੀਂ, ਇੰਨੀ ਵੀ ਕਹਿੰਦੇ ਸਿਰਾ ਕਰਾਇਆ ਪਿਆ। ਤੇ ਇੱਕ ਹੋਰ ਟਰੈਕਟਰ ਆ ਰਿਹਾ ਬਾਈ, ਉਹ ਤਾਂ ਕਹਿੰਦੇ ਵੀ ਬਸ ਪੁੱਛੋ ਹੀ ਨਾ, ਉਹਦੀ ਵੇਟ ਕਰ ਰਹੇ ਆਪਾਂ, ਆਊਗਾ ਤਾਂ ਫਿਰ ਚੱਲਦੇ ਆ ਮੇਲੇ ਤੇ। ਮੈਂ ਵੀ ਟਰੈਕਟਰ ਸ਼ਿੰਗਾਰ ਕੇ ਖੜਨਾ। ਬਿਲਕੁਲ 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 ਜ਼ਰੂਰੀ ਆ ਬਾਈ, ਜ਼ਰੂਰੀ ਆ। ਹੋਏ 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 ਸਿਰੇ ਹੀ ਲਾਇਆ ਪਿਆ ਵੀ, ਲਾਈਟਾਂ ਲੂਟਾਂ ਬੜੀਆਂ ਚੱਲਦੀਆਂ ਇਹਦੇ ਜਦੋਂ ਚਲਾਉਂਦਾ। ਤੇ ਆਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਬਾਈ, ਦੇਖੋ ਕਿਆ ਬਾਤ ਆ। ਚੱਲੀਏ ਫਿਰ, ਚਲੋ 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 ਜੀ, ਚਲੋ ਵੀ ਬੁਲਾਓ ਫਿਰ ਜਗਾਰਾ, ਬੁਲਾਓ ਲੈ ਆਓ। ਦੇ ਉਹਨੇ ਟਰੈਕਟਰ ਛੱਡਿਆ ਪਿੱਛੋਂ ਆ ਕੇ। ਓ ਨਿਹਾਲ ਸਤਿ ਸ੍ਰੀ ਅਕਾਲ ਯਾਰ, ਲੋ ਵੀ ਰੱਬ ਦਾ ਨਾਲ ਲੈ ਕੇ ਗੱਡੀ ਕਰੀ ਸਟਾਰਟ। ਤੇ ਟਰੈਕਟਰ ਬਾਈ ਬਰਾਬਰ ਲਾਉਣੇ, ਠੀਕ ਹੈ ਇੱਕ ਦੂਜੇ ਦੇ। ਟ੍ਰੈਫਿਕ ਓਏ, ਇੱਕ ਮਿੰਟ ਰੁਕੋ ਓਏ, ਕੋਈ ਨਾ ਮੂਹਰੇ ਲਾ ਲਾ ਟਰੈਕਟਰ, ਫਿਰ ਲਾ ਲਾ ਟ੍ਰੈਫਿਕ ਵਾਲੀ ਦੇ ਇਹਨੂੰ ਨਾ ਕੇ ਆਪਾ ਅੱਗੇ। ਗੌਰਵ ਖੱਤਰੀ ਕਿੱਥੇ ਆਉਂਦਾ ਹੈ? ਉਹ ਤੂੰ ਮੇਰੇ ਬਰਾਬਰ ਲਾ ਨਾ ਅੰਮ੍ਰਿਤ। ਓਏ ਦਰਦਾਨੀ ਓਏ ਦਰਦਾਨੀ ਦਰਦਾਨੀ, ਗੇਅਰ ਛੋਟਾ ਗਾੜ ਲਾ ਉਹਦਾ, ਆਟੋਮੈਟਿਕ ਲਾ ਕੇ ਹੱਥ ਤੇ ਲਾ ਦੇ। ਤੇ ਲੋ ਵੀ ਆਈ ਜਾਂਦੇ ਬਾਈ ਸਾਰੇ ਜਾਣੇ। ਗੌਰਵ ਅੱਗੇ ਲਾ ਦੇ, ਬਰਾਬਰ ਲਾਓ ਅੰਮ੍ਰਿਤ ਦੇ ਲਿਆ ਕੇ ਅਰਮਾਨ ਦੇ। ਤੇ ਬਾਈ ਤੁਸੀਂ ਦੇਖੀ ਜਾਂਦੇ ਹੋ, ਠੀਕ ਹੈ, ਅਣਜਾਣ ਡਰਾਈਵਰਾਂ ਦੇ ਅਣਜਾਣ ਕੰਮ। ਤੋਰਨੂੰ ਅਸੀਂ ਤੋਰ ਸਕਦੇ ਹਾਂ, ਗੱਲ ਕਰ ਕਰੀਏ ਕਿ ਸਾਡੇ ਨਾਲ ਦੇ ਡਰਾਈਵਰ ਨਹੀਂ ਕੰਮ ਦੇ, ਸਾਡੇ ਬੰਦੇ ਮਾੜੇ ਡਰਾਈਵਰ। ਉਹ ਜਿਹੜਾ ਸਾਡਾ ਸਭ ਤੋਂ ਸੀਨੀਅਰ ਬੰਦਾ, ਉਹ ਪਿੱਛੇ ਸਭ ਤੋਂ, ਉਹਨੂੰ ਤੋਰ ਲੈ ਉਹਨੂੰ।
ਉਹਦੇ ਹੋਰ ਵੀ ਗੇਅਰ ਹੁੰਦੇ ਵੀਰੇ ਮੈਨੂੰ ਲੱਗਦਾ ਐਂ ਤਾਂ ਆਪਾਂ ਬਹੁਤ ਲੇਟ ਪਹੁੰਚਣਾ ਕਿਉਂਕਿ ਜਿਹੜੇ ਹਿਸਾਬ ਨਾਲ ਇਹ ਤੁਰੇ ਜਾਂਦੇ ਨਾ ਉਹ ਦੇਖੋ ਰਸਤੇ ਦੇਖੋ ਚੱਲ ਪੱਟੀ ਸਾਹਿਬ ਮਾੜੀ ਖਿੱਚ ਫਿਰ ਇੱਥੋਂ ਨਹੀਂ ਲੰਘਦਾ ਛੇਤੀ ਮੈਂ ਖਿੱਚ ਲਿਆ ਫਿਰ ਚੱਲ ਤੇ ਲਓ ਵੀ ਮੁੰਡੇ ਗੱਡੀ ਖਿੱਚਦੇ ਆਪਾਂ ਮਾੜੀ ਜੀ ਠੀਕ ਹੈ ਬਾਕੀ ਟਰੈਕਟਰ ਵਾਲੇ ਵੀ ਮੁੰਡੇ ਤੇਜ਼ ਹੀ ਨੇ ਮੈਂ ਹੌਲੀ ਕਰਾਂ ਹੌਲੀ ਤੇਜ਼ ਨਹੀਂ ਜਾਣਾ ਲਾ ਗੌਰਵ ਬਰਾਬਰ ਹੈ ਗੌਰਵ ਕਿੱਥੇ ਬਰਾਬਰ ਲਾ ਲੂ ਗੌਰਵ ਕਿੱਥੇ ਤੈਨੂੰ ਪਤਾ ਹੀ ਆ ਗੌਰਵ ਦਾ ਬਰਾਬਰ ਤੋਂ ਲਗਾ ਲੂ ਭਾਈ ਆਪਣਾ 90 ਦੀ ਸਪੀਡ ਤੇ ਜਾ ਰਿਹਾ ਤੂੰ ਚੱਲ ਫਿਰ ਮੈਨੂੰ ਪਿੱਛੇ ਛੱਡ ਕੇ ਤੇ ਮੂਰੇ ਨਾ ਬਹੁਤ ਸੜਕ ਮੁੜਦੀ ਆ ਕਦੇ ਨਹਿਰ ਚ ਜਾਓ ਸਿੱਧੇ ਠੀਕ ਹੈ ਹੌਲੀ ਕਰ ਲਿਓ ਆਪਾਂ ਨੇ ਵੇਟ ਕਰਦੇ ਉਹਨਾਂ ਦੀ ਵੇਟ ਕਰਦੇ ਬਾਈ ਇੱਥੇ ਖੜ ਕੇ ਉਹਨਾਂ ਦੀ ਹੈ ਨਾ ਤੇ ਆ ਹੀ ਜਾਂਦੇ ਨੇ ਚਰਨ ਭਾਜੀ ਹੈਗਾਗੇ ਉਹ ਪਿੱਛੇ ਕਰ ਚਰਨ ਭਾਜੀ ਆਉਂਦਾ ਗਰਸ਼ਰਨ ਦਾ ਬਹੁਤ ਔਖਾ ਹੈ ਉਹ ਆ ਗਿਆ ਬਾਈ ਰਾਹ ਦੀਆਂ ਸਵਾਰੀਆਂ ਲੈ ਕੇ ਉਹ ਯਾਰ ਨਿਸ਼ਾਨ ਸਾਹਿਬ ਝੂਲਦੇ ਆਉਂਦੇ ਰਾਹ ਦੀਆਂ ਸਵਾਰੀਆਂ ਲੈ ਕੇ ਆਉਂਦੇ ਧਿਆਨ ਨਾਲ ਮੁੜੋ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ ਹੌਲੀ ਸਵਰਾਜ ਵਾਲੇ ਤੇਲ ਤੂਲ ਭਰਾ ਲਈਏ ਹਾਂ ਇੱਥੇ ਵੇਟ ਕਰਦੇ ਨਾ ਦੂਜਿਆਂ ਦੀ ਸਾਰਿਆਂ ਦੀ ਹੋਰ ਆ ਗਿਆ ਪਹੁੰਚ ਗਏ ਪਹੁੰਚ ਗਏ ਪਹੁੰਚ ਗਏ ਸਾਰੇ ਜਾਣੇ ਆਏ ਚਲੋ ਗੇਅਰ ਕੱਟਿਆ ਨੂੰ ਤੇਲ ਤੂਲ ਫੁੱਲ ਕਰਾ ਲਓ ਏ ਮੁੜ ਕੇ ਫਿਰ ਔਖੇ ਹੋਵੋਗੇ ਇੱਥੇ ਦੂਜੇ ਮੁੰਡੇ ਕਿੱਧਰ ਰਹਿ ਗਏ ਲਓ ਬਾਈ ਉਹਨਾਂ ਨੂੰ ਵੀ ਦੇਖ ਕੇ ਆਈਏ ਲਓ ਜੀ ਕਹਿੰਦੇ ਫਾਰਮ ਟਰੈਕ ਵਾਲਾ ਤਾਂ ਬਾਈ ਆ ਗਿਆ ਠੀਕ ਹੈ ਉਹ ਇੱਕ ਹੋਰ ਹੈ ਯਾਰ ਉਹ ਨਹੀਂ ਆਇਆ ਹਜੇ ਤੱਕ ਓਏ ਓਏ ਬੰਦਾ ਬੁੱਦਾ ਦੇਖੀ ਬੰਦਾ ਹੀ ਰਗੜਤਾ ਸੀ ਆਪਾਂ ਨੂੰ ਤਾਂ ਰਾਹ ਵੀ ਨਹੀਂ ਪਤਾ ਰਾਹ ਤਾਂ ਮੈਨੂੰ ਇਹਨੂੰ ਕਹੋ ਇਹਦੇ ਉਹ ਗੇਅਰ ਪਾ ਲਾ ਬਾਈ ਇਹਦਾ ਕੋਈ ਹੈਲੋ ਆ ਜਾਏਗਾ ਆ ਜਾਏਗਾ ਅੱਜ ਦਈਏ ਦੇਖੀ ਦੇਖੀ ਅਸੀਂ ਕਿਹੜਾ ਉੱਡ ਕੇ ਗਏ ਹਾਂ ਤੇ ਲੋ ਵੀ ਮੁੰਡੇ ਐਡਾ ਡੈਕ ਲਵਾਈ ਫਿਰਦਾ ਉਹ ਵੀ ਲੰਘ ਗਿਆ ਨਹੀਂ ਮਤਲਬ ਤੇਰਾ ਟਰੈਕਟਰ ਤੁਰਦਾ ਨਹੀਂ ਤੇਰਾ ਉੱਚੀ ਬੋਲ ਉਹ ਜਾ ਛੱਡੀ ਇੱਕ ਮਿੰਟ ਤੂੰ ਗੱਡੀ ਚਲਾ ਛੱਡ ਮੈਨੂੰ ਟਰੈਕਟਰ ਫਿਰ ਇਹਨੂੰ ਗੱਡੀ ਤੇ ਚਾੜ ਉਹ ਗੱਡੀ ਚਲਾ ਗੱਡੀ ਖੜੀ ਉੱਥੇ ਇਹਨੂੰ ਗੱਡੀ ਚਾੜ ਯਾਰ ਗੱਡੀ ਉਹ ਤੀਜੇ ਮੀਡੀਅਮ ਚ ਲਈ ਫਿਰਦਾ ਟਰੈਕਟਰ ਨੂੰ ਹਾਈ ਚ ਪਾ ਸਿੱਧਾ ਲੰਘ ਜਾਣਾ ਆਪਾਂ ਬੈਕ ਆਉਣਾ ਲਓ ਵੀ ਮੁੰਡਿਓ ਆ ਜਾਓ ਹੁਣ ਆਪਾਂ ਚਲਾਉਣੇ ਟਰੈਕਟਰ ਆ ਜਾਓ ਬਈ
ਲਾ ਕੋ ਸਾਹਿਬ ਅੱਗੇ ਫਿਰ ਲਾ ਲਈ ਵਾਟਾਂ ਵੱਢਦਾ ਉਹੀ ਤਾਂ ਗੱਲ ਹੈ ਬੰਦਾ ਡਰਾਈਵਰ ਚਾਹੀਦਾ ਤੋਰਨ ਵਾਲਾ ਟਰੈਕਟਰ ਨੂੰ ਜਿੱਥੇ ਮਰਜ਼ੀ ਡਾਹ ਲਾ ਤੂੰ ਫਿਰ ਵੀ ਦੁਬਾਰੇ ਉਹ ਆਉਂਦਾ ਬਾਈ ਗੱਡੀ ਵਾਲਾ ਫਿਰ ਉਹੀ ਬਲੇਵੇਂ ਖਵਾਉਂਦਾ ਆਉਂਦਾ ਚੈੱਕ ਕਰੋ ਬਾਈ ਤੁਸੀਂ ਆ ਜਾ ਅਰਮਾਨ ਰੀਲਾਂ ਬਣਾਉਂਦੇ ਘੈਂਟ ਘੈਂਟ ਦੀਆਂ ਯਾਰ ਪ੍ਰੋਪਰ ਲਾ ਕੇ ਇਹ ਤਾਂ ਤੈਨੂੰ ਪਤਾ ਹੀ ਇਹਦਾ ਬਾਈ ਦਾ ਆਪਣੇ ਦਾ ਤੇ ਬਈ ਚੈੱਕ ਕਰੋ ਤੁਸੀਂ ਗੌਰਵ ਹੁੰਦਾ ਤੇਰੇ ਕੋ ਬਸ ਦਬਣਾ ਨਹੀਂ ਤੂੰ ਜਿਹਦੇ ਗੌਰਵ ਤੇ ਤਾਂ ਬੰਦਾ ਵੀ ਖੜਾ ਉਹ ਪਿੱਛੇ ਬਾਈ ਦੇ ਗੱਡੀ ਦਾ ਕੀ ਬਣਾਈ ਹੁੰਦਾ ਬਰੋਲ ਆ ਗੌਰਵ ਲਾ ਬਰਾਬਰ ਆ ਕੇ ਓਏ ਤਿੰਨੇ ਲਾ ਲੈਣੇ ਬਰਾਬਰ ਗੌਰਵ ਹੌਲੀ ਗੌਰਵ ਸਪੀਡ ਚੈੱਕ ਕਰੋ ਬਾਈ ਉਹ ਮੁੰਡੇ ਵਿਚਾਲੇ ਆ ਜਾ ਤੂੰ ਵੀ ਵਿਚਾਲ ਲਾ ਲਾ ਟਰੈਕਟਰ ਥੋੜ੍ਹੀ ਜਿਹੀ ਵਾਹ ਕਰ ਲਾ ਅਤੇ ਬਾਈ ਉਹ ਤਾਂ ਰੀਲਾਂ ਰੂਲਾਂ ਬਣਾ ਲਈਏ ਦੋ ਚਾਰ ਚੈੱਕ ਕਰੋ ਬਾਈ ਟਰੈਕਟਰ ਤੁਸੀਂ ਸਾਰੇ ਯਾਰ ਅਤੇ ਜੇ ਬਾਈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰ ਦਿਓ ਠੀਕ ਹੈ ਇੱਦਾਂ ਹੁਣ ਅਸੀਂ ਕੋਈ ਚੀਜ਼ ਹੋਰ ਸੋਚੀ ਵੀ ਹਰ ਰੋਜ਼ ਇੱਕ ਸ਼ੋਟ ਅਸੀਂ ਪਾਉਣਾ ਹੀ ਪਾਉਣਾ ਜ਼ਰੂਰੀ ਨਹੀਂ ਵੀ ਅਸੀਂ ਕਿਸੇ ਮੇਨ ਡੇ 'ਤੇ ਪਾਵਾਂਗੇ ਨਾ ਅਤੇ ਪ੍ਰੋਪਰ ਆਪਾਂ ਰੱਖਿਆ ਕਰਾਂਗੇ ਆ ਜਾ ਲਾਲਾ ਲਾਲਾ ਬਰਾਬਰ ਆਉਣ ਦੇ ਪਟ ਸਾਹਿਬ ਆਉਣ ਦੇ ਆਉਣ ਦੇ ਆ ਗਏ ਆ ਜਾਓ ਆ ਜਾਓ ਛੇ ਦੀ ਸਪੀਡ 'ਤੇ ਛੇ ਦੀ ਸਪੀਡ 'ਤੇ ਕਰ ਲਓ ਟਰੈਕਟਰ ਆਉਣ ਦੇ ਪੱਟੀ ਕਿਹੜਾ ਬਰਾਬਰ ਆਉਣ ਦੇ ਬਾਈ ਬਰਾਬਰ ਬਰਾਬਰ ਚੱਲ 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 ਚੈੱਕ ਕਰੋ ਬਾਈ ਆ ਸਵਰਾਜ ਫਾਰਮ ਟਰੈਕ ਤੇ ਆਪਣੇ ਕੋਲੇ ਆ 3630 ਛੇ ਦੇ ਲਾਉਣਾ ਸੀ ਤੁਸੀਂ ਘੱਟ ਕਰ ਲਿਆ ਬਾਈ ਚੈੱਕ ਕਰੋ ਤੁਸੀਂ ਟਰੈਕਟਰ ਦੇ ਟਾਇਰ ਚੈੱਕ ਕਰੋ ਯਾਰ ਕਿਆ ਬਾਤ ਹੈ ਕਿਆ ਬਾਤ ਹੈ ਕਿਆ ਬਾਤ ਹੈ ਇਹ ਤਾਂ ਟੈਕ ਆ ਜਾਂਦਾ ਆਪਣੇ ਵਾਲਾ ਅਤੇ ਬਾਈ ਚੀਜ਼ ਬਹੁਤ ਘੈਂਟ ਬਣਾਈ ਬਾਈ ਨੇ ਕਹਿੰਦੇ ਸਿਰਾ ਲਾਇਆ ਪਿਆ ਸਿਰਾ ਲੱਗ ਗਿਆ ਸਿਰਾ ਹਾਂਜੀ ਬਹੁਤ ਸਿਰਾ ਲੱਗ ਗਿਆ ਮੁੰਡਾ ਉਹ ਦੂਜਾ ਵੀ ਹੈ ਨਹੀਂ ਇੱਥੇ 4x4 ਵਾਲਾ ਆਉਂਦਾ ਹੌਲੀ ਹੌਲੀ ਆਉਂਦਾ ਪਿੱਛੋਂ ਤੇ ਬਈ ਆਪਣੇ ਵਾਲਾ ਦੇਖ ਪਹਿਲਾਂ ਛੋਟਾ ਟਾਇਰ ਆ ਉਹ ਤੋਂ ਦੂਜੇ ਦੇ ਤਾਂ ਚਿੱਟੇ ਚਿੱਟੇ ਉਹ ਲਾਈ ਫਿਰਦਾ ਬਾਤ ਆ ਕਹਿੰਦੇ ਕਿਆ ਬਾਤ ਆ ਬਈ ਐ ਨੂੰ ਜਾਣਾ ਨਾ ਹਾਂਜੀ ਹਾਂਜੀ ਐ ਰੀਲਾਂ ਜੇਕਰ ਤੇ ਹੋਰ ਨਾ ਡੱਬ ਦਈਏ ਨਹੀਂ 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 ਟੈਨਸ਼ਨ ਨਾ ਬਕਰੀ ਰੀਲ ਬੰਦ ਕੈਮਰਾ ਜੇਬ 'ਚ ਰੱਖਿਆ ਕਰੋ ਓਏ ਕੋਈ ਜਾ ਜਾਂਦੀ ਹੋ ਜਾਂਦੀ ਅਤੇ ਡਰਾਈਵਰ ਖਾਸ ਕਰ ਨਾਲ ਵਾਲਾ ਚਲਾ ਲਏ
ਚਲੋ ਵੀ ਮੁੰਡੇ ਹੁਣ ਆਪਾਂ ਬੈਠਾਂਗੇ ਅਤੇ ਖਾਣ ਪੀਣ ਹੈ ਨਾ, ਅਤੇ ਖਾ ਪੀ ਕੇ ਫਿਰ ਚੱਲਾਂਗੇ, ਹੁਣ ਜਿੰਨਾ ਕਾ ਪੈਂਡਾ ਹੈਗਾ ਕੱਢ ਲਈਏ। ਕਿਹੜੇ ਕਹਿੰਦੇ ਸੀ, ਕਹਿੰਦੇ 36-30 ਜਾਂਦਾ ਨਹੀਂ, ਆ ਤੁਹਾਡੇ ਸਾਹਮਣੇ ਹੀ ਆ 36-30 ਵਾਲਿਓ। ਕਹਿੰਦੇ ਬਰੋਲਾ ਬਣਾਈ ਜਾਂਦਾ, ਬਰੋਲਾ ਆਉਣ ਦੇ ਪੱਟੀ। ਓਏ ਹੋਏ 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 ਉੱਡਦਾ ਨੀ ਟਰੈਕਟਰ ਹੈ। ਓਏ ਹੋਏ ਹੋਏ ਕਿਆ ਬਾਤ ਆ ਬਾਈ, ਪੱਲੇ 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 ਦਬਣਾ ਨੀ। ਆਪਾਂ ਇੱਥੇ ਚੱਲ, ਆਪਾਂ ਅੱਗੇ ਰੁਕਦੇ ਹਾਂ ਜਾ ਕੇ। ਕਿਆ ਬਾਤ ਹੈ, ਕਿਆ ਬਾਤ ਹੈ, ਕਿਆ ਬਾਤ ਹੈ ਬਈ, ਜਾਂਦਾ ਦੇਖੋ ਯਾਰ ਅਸੀਂ ਟਰੈਕਟਰ ਆਪਣੇ ਨਾਲ। ਯਾਰ ਤੱਕਾ ਵੀਰ ਜੀ, ਇਹ ਸ਼ਰੇਆਮ ਤੱਕਾ ਹੈ, ਇੱਦਾਂ ਹੁੱਲੜਬਾਜ਼ੀ ਨਹੀਂ ਪਸੰਦ। ਹੌਲੀ ਹੌਲੀ ਮੁੜਨਾ ਆਪਾਂ, ਨਹੀਂ ਉਹ ਸਾਹਮਣੇ ਰੋਟੀ ਪਾਣੀ ਖਾਂਦੇ ਹਾਂ ਅਤੇ ਆ ਜਾਓ ਕਿਰਾ, ਆ ਇੱਥੇ ਲਾ ਲਿਓ ਆ ਮੋੜ ਕੇ ਇੱਧਰ। ਲਓ ਵੀ ਵੀਰੋ ਇੱਥੇ ਲਾ ਲਈਏ, ਠੀਕ ਹੈ, ਆ ਜਗ੍ਹਾ 'ਤੇ ਖੜਾ ਕੇ। ਉਹ ਜਿਹੜੇ ਰੋਡ ਤੇ ਸਿੱਧੇ ਜਿੱਥੇ ਖਲੋਤਾ ਇਹਨੂੰ ਆਉਂਦੇ ਸਿੱਧਾ ਹੀ ਆਉਂਦੇ 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 ਬਸ ਰੋਕ ਦੇ ਇੱਥੇ। ਖਰਾਟਾ ਮਰਾ ਕੇ ਦੇਖੀ ਹੈ ਟਰੈਕਟਰ ਦਾ ਜਾ ਚੈੱਕ ਕਰੋ ਬਾਈ, ਸਾਰੇ ਖੜੇ ਆ ਸਾਰੇ। ਆਪਾਂ ਬਾਈ ਆਪਣੇ ਵੱਲੋਂ ਵਧੀਆ ਰੀਝ ਲਾਈ ਸਾਰੇ ਟਰੈਕਟਰ ਦੇ ਨਾ, ਅਤੇ ਤੁਹਾਨੂੰ ਮੈਂ ਉੱਤਰ ਕੀ ਦਿਖਾ ਦੇਣਾ ਟਰੈਕਟਰ ਸਾਰੇ ਵਿੱਚ ਹੀ ਬਹਿ ਗਏ ਸੀ। ਅੱਛਾ ਫਰਾਟਾ ਮਾਰੀਏ ਲੱਗ ਗਿਆ, ਆਹ ਚੈੱਕ ਕਰੋ ਤੁਸੀਂ ਸਵਰਾ, ਚੈੱਕ ਕਰੋ ਤੁਸੀਂ ਯਾਰ ਰੁਕੋ ਮਾੜਾ ਜਿਹਾ ਚੀਜ਼ ਕਰ ਦਈਏ। ਚੈੱਕ ਕਰੋ ਸਵਰਾਜ ਬਾਈ ਘੈਂਟ ਲੱਗਿਆ ਦੱਸਿਓ। ਬਾਈ ਨੇ ਨਵੇਂ ਪੁਆਇੰਟ ਟਾਇਰ ਇੱਧਰ ਬਾਈ ਫਾਰਮ ਟਰੈਕ ਵਾਲਾ ਵੀਰਾ ਵੀਰ ਸਿੱਧਾ ਸਿੱਧਾ ਹੀ ਆਉਣਾ ਆਪਾਂ ਬਾੜੀ, ਅਤੇ ਇਹ ਵੀ ਬਾਈ ਪੂਰੀ ਰੀਝ ਲਾਈ ਫਿਰਦਾ, ਡੈੱਕ ਡੁੱਕ ਲਵਾਇਆ ਚੰਗਾ ਸਾਰਾ ਕੁਛ, ਤੇ ਸਾਡੇ ਨਾਲ ਦਾ ਇੱਕ ਰਹਿ ਗਿਆ, ਬਸ ਉਹਦੀ ਵੇਟ ਕਰ ਰਹੇ ਹਾਂ, ਫਿਰ ਮਾੜਾ ਮੋਟਾ ਕੋਈ ਪ੍ਰਸ਼ਾਦਾ ਪਾਣੀ ਛੱਕ ਲਈਏ, ਠੀਕ ਹੈ। ਅਤੇ ਗੱਡੀ ਵਾਲਾ ਤਾਂ ਬਾਈ ਸਿੱਧਾ ਹੀ ਲੰਘ ਗਿਆ ਪਿੰਡ ਨੂੰ, ਉਹ ਗੱਡੀ ਦੇ ਕੋਈ ਐਕਸਲ 'ਚ ਪ੍ਰੋਬਲਮ ਆ ਗਈ ਸੀ, ਉਹਨੂੰ ਵਾਪਸ ਮੁੜਨਾ ਪੈ ਗਿਆ ਉੱਥੇ। ਬਾਕੀ ਤੁਸੀਂ ਦੇਖ ਰਹੇ ਹੋ ਸਾਰੇ ਬਾਈ ਚੀਜ਼ਾਂ ਦੇਖੋ, ਉਹਦੀ ਵੇਟ ਕਰਦੇ ਹੁਣ, ਉਹਨੂੰ ਆਉਣ ਦਿਓ। ਕਿਤਨਾ ਟਾਈਮ ਲੱਗੇ ਯਾਰ, ਉਹ ਆਉਂਦਾ ਭਾਈ ਦੇਖ 35 ਤੁਰਿਆਂ ਦਾ
4x4 ਰੱਖਿਆ ਕਹਿੰਦੇ ਮੇਰੇ ਵੀਰੋ ਇਦਾਂ ਨਾ ਕਹਿ ਨਜ਼ਰ ਲੱਗ ਜਾਂਦੀ ਹੈ ਆਹਾਂ ਸਾਡੀ ਤਾਂ ਨਜ਼ਰ ਪੱਥਰ ਪਾੜਦੀ ਜਿੱਦਾਂ ਹੋਰ ਕੀ ਨਜ਼ਰ ਲੱਗ ਜਾਂਦੀ ਕਹਿੰਦਾ ਇਹਨਾਂ ਇੱਥੇ ਲੁੰਡਲੀ ਹੀ ਖਾ ਕੇ ਤੇ ਮੁੜ ਕੇ ਪਲਟ ਜੇ ਅੱਛਾ ਅੱਛਾ ਠੀਕ ਹੈ ਠੀਕ ਹੈ ਠੀਕ ਹੈ ਹੋਰ ਨਾ ਕੁਛ ਉਹ ਸਭ ਅਗਾ ਆਪਾਂ ਸੱਜੇ ਚੱਲੀਏ ਤੇ ਲੋ ਵੀ ਮੁੰਡਿਓ ਉਹ ਵੀ ਆ ਗਿਆ ਆਪਣਾ ਬਾਈ ਤੇ ਮਿਲਦੇ ਹਾਂ ਤੁਹਾਨੂੰ ਅਸੀਂ ਨੈਕਸਟ ਵੀਡੀਓ 'ਚ ਬਾਏ ਬਾਏ ਟੇਕ ਕੇਅਰ ਅਤੇ ਕੁਛ ਹੋਰ ਇੱਕ ਚੀਜ਼ ਕਰਾਂਗੇ ਲਾਸਟ ਵੀਡੀਓ ਹੋਊਗੀ ਜਿਹੜੀ ਉਹਦੇ ਵਿੱਚ ਠੀਕ ਹੈ ਬਾਏ ਬਾਏ ਜਿਉਂਦੇ ਵੱਧ ਰਹੋ ਬਾਈ